ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਕਰਨ ਆਏ ਮੌਲ ਚ ਤੁਸੀਂ? ਜੋ ਸਾਰੇ ਕਰਨ ਆਏ ਨੇ ਮੈਂ ਵੀ ਉਹੀ ਕਰਨ ਆਇਆ। ਕੀ ਕਰਨ ਆਉਂਦੇ ਸਾਰੇ? ਜੁੱਤੀ ਜੁੱਤੀ ਮਾਰਨ ਆਏ? ਬਸ ਇੰਜੀ ਫਿਰ ਇੰਜੋਇਮੈਂਟ ਤੇ ਹੁੰਦਾ ਹੀ ਹੈ। ਅੱਛਾ, ਕਰਦੇ ਕੀ ਹੋ ਤੁਸੀਂ? ਮੈਂ ਜੋਬ ਕਰਨਾ। ਜੋਬ ਕਰਦੇ ਲੋਰਦੇ ਹੋ? ਹਾਂਜੀ। ਆ ਪੁੱਛਿਆ ਤੁਸੀਂ ਇਸ ਸਟਾਈਲ ਨਾਲ ਕੁੰਡੇ ਟੈਪ ਬਣਾਈਆਂ ਹੋਈਆਂ, ਇਹ ਵਧੀਆ ਲੱਗਦੀਆਂ? ਹਾਂਜੀ, ਬਹੁਤ ਵਧੀਆ ਲੱਗਦੀਆਂ। ਕਿਹਨੂੰ ਵੇਖ ਕੇ ਚਾ ਪਿਆ? ਬਸ ਆਪਣਾ ਇੱਕ ਯਾਰ ਹੈਗਾ, ਉਹਨੇ ਮੁੱਛਾਂ ਰੱਖੀਆਂ ਪਿੰਡ ਦਾ ਡੀਜੀ ਖਾਂ ਦਾ, ਉਹਨੂੰ ਵੇਖ ਕੇ ਚਾ ਪਿਆ। ਤਗੜੀਆਂ ਮੁੱਛਾਂ ਰੱਖਣ ਵਾਸਤੇ ਤਗੜੀ ਸਿਹਤ ਵੀ ਵੀਰੇ ਚਾਹੀਦੀ ਆ। ਸਿਹਤ ਨਹੀਂ ਡਿਪੈਂਡ ਕਰਦੀ, ਮੁੱਛਾਂ ਡਿਪੈਂਡ ਕਰਦੀਆਂ ਨੇ। ਸਿਹਤ ਡਿਪੈਂਡ ਨਹੀਂ ਕਰਦੀ। ਕੰਮ ਕੀ ਕਰਦੇ ਹੋ? ਕੰਮ ਮੈਂ ਹੌਜ਼ਰੀ ਦਾ ਕੰਮ ਕਰਨਾ। ਹੌਜ਼ਰੀ ਦਾ ਕੰਮ ਕਰਨਾ? ਹੌਜ਼ਰੀ ਦਾ ਕੰਮ। ਚਲੋ, ਮੇਰੇ ਇੱਕ ਸਵਾਲ ਦੇਣਾ ਉਹਦਾ ਜਵਾਬ ਤੁਸੀਂ ਦੱਸਣਾ ਸੀ। ਕਿਹੜੀ ਸ਼ੈ ਵਾ ਜਿਹੜਾ ਸਾਇਆ ਨਹੀਂ ਹੁੰਦਾ? ਕਿਹੜੀ ਸ਼ੈ ਵਾ ਜਿਹਦਾ ਸਾਇਆ ਨਹੀਂ ਹੁੰਦਾ? ਹਰ ਸ਼ੈ ਦਾ ਸਾਇਆ ਹੁੰਦਾ। ਹੁਣ ਹੈਗੀ ਐਸੀ ਸ਼ੈ ਯਾਰ, ਇੰਨੀ ਵਾਰੀ ਇਹ ਸਵਾਲ ਵੀ ਪੁੱਛ ਲਿਆ ਵਾ, ਲੋਕਾਂ ਨੇ ਵੇਖਿਆ ਵੀ ਆ, ਸੁਣਿਆ, ਫਿਰ ਵੀ ਜਵਾਬ ਕਿਉਂ ਨਹੀਂ ਆਉਂਦਾ? ਐਸੀ ਇੱਕ ਸ਼ੈ ਹੈਗੀ ਆ ਜਿਹੜਾ ਸਾਇਆ ਨਹੀਂ ਹੁੰਦਾ। ਹਨੇਰੇ 'ਚ ਸਾਇਆ ਨਹੀਂ ਹੁੰਦਾ, ਬਾਕੀ ਜਿੱਥੇ ਰੋਸ਼ਨੀ ਹੋਏਗੀ ਉੱਥੇ ਸਾਇਆ ਦੇਵੇਗਾ। ਫਿਰ ਇੱਕ ਐਸੀ ਸ਼ੈ ਉੱਥੇ ਰੋਸ਼ਨੀ ਵੀ ਹੋਵੇ ਸਾਇਆ ਨਹੀਂ ਹੁੰਦਾ ਰਾ। ਕਿਹੜੀ ਸ਼ੈ? ਨਹੀਂ ਪਤਾ, ਨਹੀਂ ਪਤਾ, ਨਹੀਂ ਪਤਾ ਤਾਂ ਹਰੀ ਗੱਲ ਹੈ, ਨਹੀਂ ਪਤਾ। ਮੈਂ ਹਾਰ ਗਿਆ। ਮੈਂ ਕੀ ਕਹਾਂ, ਮੈਂ ਹਾਰ ਗਿਆ। 5 ਮਿੰਟ ਸੋਚਣ ਦਾ ਟਾਈਮ ਤੇ ਦਿਓ। ਵਿਆਹ ਹੋਇਆ ਵੀਰੇ ਦਾ? ਨਹੀਂ, ਵਿਆਹ ਕਿੱਥੇ ਹੋਇਆ, ਤਾਂ ਜਿੱਥੇ ਆਏ ਆ ਕੁੜੀ ਲੱਭਣ। ਆਹੋ, ਤਾਂ ਹਰੀ ਗੱਲ ਹੈ। ਮੌਲਾਂ 'ਚ ਕਿਉਂ ਆਉਂਦੇ? ਮੇਰੀ ਤੀ ਸਮਝ ਤੋਂ ਬਾਹਰ ਆ, ਜਿਹਨੇ ਵਿਆਹ ਕਰਨਾ ਹੋਵੇ ਮੌਲ 'ਚ ਵੜ ਜਾਂਦਾ, ਐਸਾ ਕਿਉਂ? ਅੱਛਾ, ਤਾਂ ਵੀ ਆਈ ਪੀ ਕੁੜੀ ਲੱਭਦੀ ਨਾ, ਅੱਛੇ ਅੱਛੇ ਘਰ ਦੀ ਲੱਭਦੀ। ਤੁਹਾਨੂੰ ਤਾਂ ਲੱਭ ਜਾਏਗੀ, ਉਹ ਮੂਹ ਲਾਏਗੀ ਤੁਹਾਨੂੰ? ਲਾਏਗੀ ਤਾਂ ਹਰੀ ਗੱਲ ਹੈ। ਐਸਾ ਕੀ ਖਾਸ ਆ? ਜਦੋਂ ਸਾਡੇ ਮੂੰਹ 'ਤੇ ਮੂੰਹ ਲੱਗਾ ਫਿਰ ਉਹ ਵੀ ਮੂੰਹ ਲਾਏਗੀ। ਸਾਡਾ ਕਿਹੜਾ ਘਟੀਆ ਮੂੰਹ ਹੈ, ਬਹੁਤ ਵਧੀਆ। ਮੂੰਹ ਦੇ ਨਾਮ ਤੇ ਨਿਸ਼ਾਨ ਹੀ ਹੈ ਰਸਾਵਲਾ। ਨਹੀਂ, ਚੰਗਾ ਬੜਾ ਮੂੰਹ ਹਰ ਬੰਦੇ ਨੂੰ ਨਜ਼ਰ ਆ ਰਿਹਾ। ਅੱਛਾ ਚਲੋ, ਸ਼ੇਰ ਸੁਣਾ ਦਿਓ। ਮੇਰੇ ਯਾਰ ਦਾ ਦਿਲ ਟੁੱਟਿਆ, ਆਸ਼ਕੀ ਦਾ ਸ਼ੇਰ ਸੁਣਾਵਾਂਗਾ ਤੁਹਾਨੂੰ। ਕਹਿੰਦਾ, ਭੁੱਖ ਨਹੀਂ ਲੱਗਦੀ ਪਿਆਰ ਦੇ ਵਿੱਚ, ਨਾ ਹੀ ਪਤਾ ਲੱਗਦਾ ਮੈਂ ਪੀਤਾ ਕੀ ਆ, ਅਤੇ ਦਿਲ ਨਹੀਂ ਲੱਗਦਾ ਕਿਸੇ ਪਾਸੇ, ਸਣਾ ਮੈਨੂੰ ਦੱਸ ਜਾ ਤੂੰ ਕੀਤਾ ਕੀ ਆ। ਲਾਪਿੰਗ ਇਹ ਸਣਾ ਕੌਣ ਆ? ਉਹਦੀ ਮਸ਼ੂਕ ਛੱਡ ਗਈ, ਧੋਖਾ ਦੇ ਗਈ। ਕਿਹੜਾ ਸੀ ਉਹ? ਉਹ ਸੀ। ਚਲੋ ਕੋਈ ਗੱਲ ਨਹੀਂ, ਦੋਸਤਾਂ ਨੂੰ ਬਹੁਤ ਹੀ ਟੈਨਸ਼ਨ ਹੋ ਲਾ ਜਾਂਦੀ ਹੈ ਕਿ ਦੋਸਤ ਦੀ ਮਸ਼ੂਕ ਛੱਡ ਜਾਵੇ। ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਕਰਨ ਆਏ ਤੁਸੀਂ ਮੌਲ 'ਚ? ਮੈਂ ਮੂਵੀ ਵੇਖਣ ਅਤੇ ਸ਼ੋਪਿੰਗ ਵਗੈਰਾ ਕਰਨ। ਮੂਵੀ ਕਿਹਦੀ ਵੇਖਣਾ ਵੀ ਖਾਣ? ਔਰ ਲੰਗਰ ਛੰਗਰ ਤਾਂ ਬਹੁਤ ਜ਼ਰੂਰੀ ਹੁੰਦਾ ਵਾ, ਕਰਦੇ ਕੀ ਹੋ ਤੁਸੀਂ? ਮੈਂ ਡਾਕਟਰ ਦੇ ਸਕਿਨ ਦਾ ਕਲੀਨਿਕ ਕਰਦੀ ਹਾਂ। ਛੋਈ ਲਾਉਂਦੇ ਆ ਸਕਿਨ ਵਾਲੇ ਡਾਕਟਰ? ਇੰਨੀ ਛੋਈ ਲਾਉਂਦੇ ਆ, ਸੀਰੀਅਸਲੀ? ਦਵਾਈਆਂ ਇੰਨੀਆਂ ਮਹਿੰਗੀਆਂ ਲਿਖ ਦਿੰਦੇ ਆ। ਅਭੀ ਵੀ ਮੁਫਤ ਪੇਸ਼ੈਂਟ ਦੇਖ ਕਰ ਆਈ ਹਾਂ। ਫ੍ਰੀ ਵਾਲੀ ਡਾਕਟਰ? ਫ੍ਰੀ ਵੀ ਦੇਖ ਲੈਂਦੇ ਹਾਂ ਯਾਰ। ਆ ਕਿੱਥੇ ਸੀ ਆ ਡਾਕਟਰ? ਕਿੱਥੇ ਸੀ? ਮੈਨੂੰ ਇਹੋ ਜਿਹੀ ਡਾਕਟਰ ਤਾਂ ਚਾਹੀਦੀ ਸੀ, ਫ੍ਰੀ ਵਾਲੀ। ਅੱਛਾ, ਕਿੰਨੇ ਅਰਸੇ ਤੋਂ ਕਰ ਰਹੇ ਹੋ? ਆਪਣਾ ਕਲੀਨਿਕ ਕਰਦੇ 3 ਸਾਲ ਹੋ ਗਏ, ਵੈਸੇ ਡਾਕਟਰੀ ਕਰਦੇ 12 ਸਾਲ ਹੋ ਗਏ। ਇਸ ਤਰ੍ਹਾਂ ਦੂਸਰੇ ਛੋਈ ਲਾਉਂਦੇ ਆ ਨਾ, 30-40 ਹਜ਼ਾਰ ਦੀ ਮੈਡੀਸਨ ਲਿਖ ਦਿੰਦੇ। ਉਹ ਨਹੀਂ ਅਸੀਂ ਕਰਦੇ। ਫਿਰ ਮੈਂ ਨੈਕਸਟ ਇੱਥੇ ਹੀ ਜਾਣਾ ਵਾ, ਹੈ ਨਾ? 7 ਵਜੇ ਪਈ, ਦੱਸੋ ਮੇਰੇ ਮੂੰਹ 'ਤੇ ਕਿੰਨਾ ਖਰਚਾ ਹੋਏਗਾ ਤਾਂ ਮੈਂ ਸੋਹਣੀ ਬਣ ਜਾਵਾਂਗੀ। ਤੁਸੀਂ ਆਲਰੇਡੀ ਸੋਹਣੇ ਹੋ, ਤੁਹਾਨੂੰ ਜ਼ਰੂਰਤ ਨਹੀਂ ਹੈ। ਮੈਂ ਤੁਹਾਡੇ ਪ੍ਰੋਗਰਾਮ ਬੜਾ ਰੈਗੂਲਰ ਵੇਖਦੀ ਹਾਂ, ਬਹੁਤ ਅੱਛਾ ਪ੍ਰੋਗਰਾਮ, ਬੜਾ ਮਜ਼ਾ ਆਇਆ ਵੀ ਅਤੇ ਬੜਾ ਅੱਛਾ ਵੀ। ਸਵਾਲ ਤੁਹਾਡੇ ਬਹੁਤ ਅੱਛੇ ਹੁੰਦੇ ਨੇ। ਬਹੁਤ ਸ਼ੁਕਰੀਆ। ਚਲੋ, ਅੱਜ ਵੀ ਇੱਕ ਸਵਾਲ ਕਰਦੇ। ਵੈਸੇ ਫਿਲਮ ਬੱਕੀ ਦੀ ਦੇਖਣ ਆਏ ਸੀ? ਉਮਰੂ ਯਾਰ। ਪੰਜਾਬੀ ਕੋਈ ਫਿਲਮ ਲੱਗੀ ਉੱਤੇ? ਹਾਂਜੀ, ਉਹੀ ਲੱਗੀ ਹੋਈ, ਉਰਦੂ ਪੰਜਾਬੀ ਮਿਕਸ ਹੈ। ਅੱਛਾ ਅੱਛਾ, ਚਲੋ ਮੇਰਾ ਸਵਾਲ ਹੈ, ਐਸੀ ਕਿਹੜੀ ਸ਼ੈ ਜਿਹੜਾ ਸਾਇਆ ਨਹੀਂ ਹੁੰਦਾ? ਐਸੀ ਕਿਹੜੀ ਸ਼ੈ ਜਿਹਦਾ ਸਾਇਆ ਨਹੀਂ ਹੁੰਦਾ?
ਦੁਪਹਿਰ 12 ਵਜੇ ਇਨਸਾਨ ਦਾ ਸਾਏ ਦਾ ਆਪਣਾ ਸਾਇਆ ਨਹੀਂ ਹੁੰਦਾ, ਸਾਇਆ ਹੋ ਗਿਆ ਤੇ ਉਹਦਾ ਕੀ ਸਾਇਆ ਹੋਣਾ? ਫਿਰ ਤੁਸੀਂ ਦੱਸੋ ਜਵਾਬ। ਤੁਸੀਂ ਤਾਂ ਮੈਂ ਹਾਰ ਗਈ। ਅੱਛਾ ਮੈਂ ਹਾਰ ਗਈ। ਅੱਛਾ ਜਿਹੜੀ ਸਕਿਨ ਦੀਆਂ ਡਾਕਟਰਾਂ ਹੁੰਦੀਆਂ ਇਹ ਆਪਣੇ ਆਪ ਤੇ ਮਿਹਨਤ ਕਰਦੀਆਂ ਵਾ, ਇਹਨਾਂ ਕਿ ਉਂਝ ਇਹਨਾਂ ਦੀ ਸਕਿਨ ਸੋਹਣੀ ਹੁੰਦੀ ਆ? ਮਿਹਨਤ ਕਰਦੀਆਂ ਇਹਨਾਂ ਪੈਸਾ ਲਾਉਂਦੀਆਂ, ਪੈਸੇ ਲਾਉਂਦੀ ਡਾਕਟਰ ਆ। ਅਸਲੀ ਚੀਜ਼ ਜ਼ਿਆਦਾ ਅੰਦਰੋਂ ਆਉਂਦਾ ਹੈ, ਤੁਸੀਂ ਅੰਦਰੋਂ ਸਹੀ ਖੁਰਾਕ ਖਾਓਗੇ ਤੇ ਫਿਰ ਬਾਹਰੋਂ ਤੁਸੀਂ ਕਰੀਮ ਲਗਾਓ, ਟ੍ਰੀਟਮੈਂਟ ਕਰੋ, ਉਹਦਾ ਅਸਰ ਵਕਤੀ ਹੈ, ਇਹ ਅੰਦਰੋਂ ਆਉਂਦਾ ਸਾਰਾ। ਅਸੀਂ ਜ਼ਿਆਦਾ ਜਿਹੜਾ ਪੈਸਾ ਲਾਉਂਦੇ ਹਾਂ ਉਹ ਅੱਛੀ ਕੁਆਲਿਟੀ ਦੀ ਦਵਾਈ, ਵਾਈਟਾਮਿਨ ਵਗੈਰਾ ਖਾਣ ਤੇ, ਇੰਪੋਰਟਡ ਵਾਈਟਾਮਿਨਸ ਖਾਣ ਤੇ ਲਾਉਂਦੇ ਹਾਂ। ਕੀ ਖਾਣਾ ਚਾਹੀਦਾ ਕਿ ਬੰਦਾ ਸੋਹਣਾ ਹੋਈਏ? ਗਲੂਟਾਥਾਇਓਨ ਖਾਓ, ਗਲੂਟਾਥਾਇਓਨ ਮਸ਼ਹੂਰ ਹੈ ਕਿ ਰੰਗ ਉਹਦਾ ਕਰਦਾ ਮਗਰ ਅਸਲ ਵਿੱਚ ਸੋਹਣਾ ਬਹੁਤ ਕਰਦਾ ਹੈ, ਅਤੇ ਬੋਟੋਕਸ ਕਰਾਓ ਤਾਂ ਅੱਖਾਂ ਵੱਡੀਆਂ ਹੋ ਜਾਂਦੀਆਂ ਨੇ, ਖੂਬਸੂਰਤ ਹੋ ਜਾਂਦਾ ਬੰਦਾ। ਬੋਟੋਕਸ ਉਹ ਜ਼ਰਾ ਟੀਕੇ ਲੱਗਦੇ ਨੇ ਲੇਕਿਨ ਬੜਾ ਖੂਬਸੂਰਤ ਹੋ ਜਾਂਦਾ, ਜੁਰੀਆਂ ਖਤਮ ਹੋ ਜਾਂਦੀਆਂ ਨੇ, ਚਿਹਰਾ ਬੜਾ ਅੱਛਾ ਹੋ ਜਾਂਦਾ। ਖਾਣ ਪੀਣ ਦੀ ਗੱਲ ਕਰ ਰਹੇ ਤੁਸੀਂ, ਟੀਕਿਆਂ ਦੀ ਗੱਲ ਕਰਦੇ, ਖਾਣੇ ਤੁਸੀਂ ਗਲੂਟਾਥਾਇਓਨ ਖਾਓ। ਅੱਛਾ ਚਲੋ ਮੈਨੂੰ ਇੱਕ ਸ਼ੇਅਰ ਸੁਣਾ ਦਿਓ। ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਕਿਸੇ ਵੀ ਚੀਜ਼ ਦੀ, ਮਾਸ਼ਾ ਅੱਲਾਹ ਹੈਗੀ ਆ ਲੋੜ। ਤੁਸੀਂ ਸ਼ਾਦੀ ਸ਼ੁਦਾ ਸਾਡੇ ਤਾਂ ਬਾਜੀ, ਖੈਰ ਇਹ ਗੱਲ ਹੀ ਨਾ ਕਰੋ। ਅੱਛਾ ਤੁਹਾਡਾ ਵਿਆਹ ਹੋਇਆ? ਨਹੀਂ ਮੇਰਾ ਨਹੀਂ ਹੋਇਆ। ਕਿਸ ਤਰ੍ਹਾਂ ਦੇ ਬੰਦੇ ਦਾ ਵਿਆਹ ਕਰਨਾ ਚਾਹੁੰਦੇ ਹੋ? ਜੇ ਸੋਹਣੀ ਡਾਕਟਰ ਹੋਵੇ ਹੈ ਰਿਸ਼ਤੇ ਨਾਲ, ਇਹ ਕਿੰਝ ਹੋ ਸਕਦਾ? ਜੋ ਮਿਲ ਜਾਏ ਉਹੀ ਨਸੀਬ ਹੈ ਨਾ ਭੈਣੇ, ਇੰਝ ਨਾ ਕਹਿ ਕਾਲਾ ਖਲੋਟਾ ਲੱਭ ਕੇ ਫੇਰ ਕੀ ਕਰਨਾ, ਪਤਾ ਨਹੀਂ ਉਹ ਲੰਗੜਾ ਕੋਈ ਲੱਭ ਕੇ ਫੇਰ ਕੀ ਕਰੋਗੇ ਤੁਸੀਂ? ਸ਼ਾਦੀ ਦੇ ਬਾਅਦ ਕੋਈ ਲੰਗੜਾ ਹੋ ਜਾਏ ਫਿਰ ਕੀ ਕਰਾਂਗੇ? ਬਾਅਦ ਦੀ ਗੱਲ ਹੋਰ ਹੈ ਨਾ, ਪਹਿਲੇ ਲੱਭ ਗਿਆ ਫੇਰ ਦੱਸ ਕੇ ਕੋਈ ਵੀ ਲੱਭ ਜਾਏ। ਬਸ ਮੇਰਾ ਇਹ ਦਿਲ ਹੈ ਪਹਿਲੇ ਮੈਂ ਐਕਟਿੰਗ 'ਚ ਜਾਵਾਂ, ਐਕਟਿੰਗ 'ਚ ਮਸ਼ਹੂਰ ਹੋਵਾਂ ਅਤੇ ਉਸ ਤਰ੍ਹਾਂ ਕੋਈ ਰਿਸ਼ਤਾ ਆਵੇ ਤਾਂ ਫਿਰ ਕਰਾਂ। ਐਕਟਿੰਗ ਕਰਨਾ ਚਾਹੁੰਦੇ ਹੋ? ਕੌਨਫੀਡੈਂਸ ਹੈ ਨਾ? ਕਦੀ ਕੀਤੀ ਤਾਂ ਨਹੀਂ ਮਗਰ ਦਿਲ ਕਹਿੰਦਾ ਕਿ ਇੱਕ ਦਿਨ ਮੈਂ ਐਕਟਿੰਗ ਕਰ ਲਵਾਂਗੀ। ਥੋੜ੍ਹਾ ਜਿਹਾ ਟੈਸਟ ਕੀਤਾ ਜਾਏ ਤੁਹਾਡਾ? ਠੀਕ ਹੈ ਚਲੋ ਐਕਟ ਕਰਨਾ ਵਾ। ਤੁਸੀਂ ਮੇਰੀ ਸਹੇਲੀ ਹੋ ਅਤੇ ਤੁਹਾਡੀ ਸੱਸ ਬੜੀ ਕਪੱਤੀ ਆ, ਸੱਸ ਦੀਆਂ ਬੁਰਾਈਆਂ ਕਰਨੀਆਂ ਆ ਕੇ, ਠੀਕ ਆ? ਚਲੋ ਮੇਰੀ ਸੱਸ ਤਵੇ ਵਰਗੀ ਕਾਲੀ ਹੈ ਅਤੇ ਸਾਰੀ ਰਾਤ ਕਰੀਮਾਂ ਲਾ ਲਾ ਕੇ ਸਮਝਦੀ ਹੈ, ਉਹ ਚਿੱਟੀ ਹੋ ਜਾਏਗੀ ਅਤੇ ਸੋਹਣੀ ਹੋ ਜਾਏਗੀ ਅਤੇ ਗੋਰੀ ਹੋ ਜਾਏਗੀ, ਫਿਰ ਵੀ ਜੋ ਸੂਟ ਉਹ ਪਾਉਂਦੀ ਹੈ ਉਹ ਉਸ 'ਤੇ ਸਜਦਾ ਨਹੀਂ, ਅਤੇ ਮੈਂ ਜਦੋਂ ਪਾਉਂਦੀ ਹਾਂ ਅਤੇ ਮੈਂ ਇਹਦੇ ਚਮਕਦੀ ਦਮਕਦੀ ਹਾਂ। ਨਹੀਂ ਛੱਮੋ ਟੈਨਸ਼ਨ ਨਾ ਲੈ, ਸੱਸ ਮਾਂ ਬਜਾ ਹੁੰਦੀ ਫਿਰ ਕੀ ਹੋਇਆ ਕਾਲੀ ਆ, ਹੈ ਰੇਗ ਮਾਰ ਮਾਰਿਆ ਕਰ ਚਿੱਟੀ ਹੋ ਜਾਏਗੀ। ਉਹ ਆਪਣੇ ਪੁੱਤਰ ਵਾਸਤੇ ਸੱਸ ਮਾਂ ਬਜਾਏ, ਮੇਰੇ ਵਾਸਤੇ ਨਹੀਂ, ਮੇਰੇ ਵਾਸਤੇ ਦੁਨੀਆਂ ਦੀ ਸਭ ਤੋਂ ਵੱਡੀ ਡੈਣ ਹੈ। ਉਹ ਕੁੱਟਦੀ ਆ, ਕੰਮ ਕਰਾਉਂਦੀ ਹੈ ਅਤੇ ਮੇਰੇ ਮੀਆਂ ਦੇ ਕੰਨ ਭਰਦੀ ਹੈ ਮੇਰੇ ਖਿਲਾਫ਼। ਅਰੇ ਬਾਪ ਪੱਪੇ ਕੁੱਟਣੀ ਆ? ਹਾਂ ਬਿਲਕੁਲ, ਪੱਪੇ ਕੁੱਟਣੀ ਆਪਣੇ ਪੁੱਤਰ ਆਗੂ, ਪੁੱਤਰ ਵੀ ਕੋਈ ਕੰਮ ਨਹੀਂ। ਮੇਰੇ ਜਿੰਨੀ ਪੱਪੇ ਕੁੱਟਣੀ ਆ ਮੇਰੇ ਤੋਂ ਵੀ ਚਾਰ ਹੱਥ ਅੱਗੇ ਆ। ਨਹੀਂ ਤੁਸੀਂ ਤਾਂ ਮਾਸੂਮ ਹੋ ਯਾਰ, ਆ ਬਹੁਤ ਵੱਡਾ ਝੂਠ ਸੀ, ਮੈਂ ਮਾਸੂਮ ਹਾਂ। ਨਹੀਂ ਤੁਸੀਂ ਬਹੁਤ ਮਾਸੂਮ ਹੋ, ਮੈਂ ਤੁਹਾਡਾ ਪ੍ਰੋਗਰਾਮ ਬੜਾ ਰੈਗੂਲਰ ਵੇਖਦੀ ਹਾਂ ਅਤੇ ਅੱਜ ਕਿਸਮਤ ਨਾਲ ਤੁਸੀਂ ਮੈਨੂੰ ਮਿਲ ਗਏ। ਬਹੁਤ ਸ਼ੁਕਰੀਆ। ਮੈਨੂੰ ਇੰਨੀ ਪੰਜਾਬੀ ਬੋਲੀ, ਇੰਨੀ ਮੈਂ ਕਦੀ ਵੀ ਨਹੀਂ ਬੋਲੀ। ਮੈਨੇ ਦੱਸੋ ਝੂਠ ਜ਼ਿਆਦਾ ਮਰਦ ਬੋਲਦੇ ਜਾਂ ਔਰਤਾਂ? ਔਰਤਾਂ ਕਰ ਬਾਜੀ, ਮੈਂ ਨਹੀਂ ਕਦੀ ਬੋਲਿਆ। ਉਮਰ ਵਾਸਤੇ ਔਰਤਾਂ ਜ਼ਿਆਦਾ ਬੋਲਦੀਆਂ ਨੇ, ਮਰਦ ਪੈਸੇ ਵਾਸਤੇ ਝੂਠ ਬੋਲਦੇ ਨੇ। ਕੁੜੀਆਂ ਵਾਸਤੇ ਝੂਠ ਬੋਲਦੇ ਮਰਦ? ਲੜਕੀਆਂ ਫਿਰ ਵੀ ਮਾਸੂਮ ਹੁੰਦੀਆਂ ਨੇ, ਸਿਰਫ ਉਮਰ ਸ਼ੁਮਰ ਦਾ ਥੋੜ੍ਹਾ ਬਹੁਤਾ ਝੂਠ ਬੋਲ ਦਿੰਦੀਆਂ ਨੇ। ਮਰਦ ਜ਼ਿਆਦਾ ਪੈਸੇ, ਮੇਰੇ ਕੋਲ ਪੈਸੇ ਨਹੀਂ, ਫ੍ਰੀ ਚੈੱਕ ਕਰ ਦਿਓ, ਫ੍ਰੀ ਦਵਾਈ ਦੇ ਦਿਓ,
ਕਾਮ ਹੋਵੇ ਸਾਨੂੰ ਹਲੇ ਹੋਇਆ ਹੀ ਨਹੀਂ ਹੈ ਚਾਹੇ ਸੋ ਵਾਰੀ ਨਾ ਕਾਮ ਹੋਏ ਹੋਣ ਸ਼ੇਰ ਅਲਾਮਾ ਇਕਬਾਲ ਦਾ ਸ਼ੇਰ ਸੁਣਾਉਂਦੀ ਆ ਫੂਲ ਫੂਲ ਕੀ ਪੱਤੀ ਸੇ ਕੱਟ ਸਕਤਾ ਹੈ ਹੀਰੇ ਕਾ ਜਿਗਰ ਮਰਦੇ ਨਾਦਾਂ ਪਰ ਕਲਾਮੇ ਨਰਮੋ ਨਾਜ਼ਿਕ ਬੇਅਸਰ ਅਰੇ ਵਾਹ ਬਹੁਤ ਸ਼ੁਕਰੀਆ ਜੀ ਵਧੀਆ ਹੋ ਗਿਆ ਬਹੁਤ ਵਧੀਆ ਲੱਗਾ ਜੀ ਇਹਨਾਂ ਨਾਲ ਗੱਲ ਕਰਕੇ